ਨਮਸਕਾਰ ਜੀ, ਮੇਰਾ ਨਾਮ ਕਾਜਲ ਮਹਾਜਨ ਹੈ। ਅਸੀਂ ਰਾਮ ਮੰਦਿਰ ਗਲੀ ਦੇ ਨਿਵਾਸੀ ਹਾਂ। ਸਾਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਕੂੜੇ ਦੇ ਢੇਰ ਜਿਹੜੇ ਹੈਗੇ ਆ ਉਹ ਗਲੀ ਦੇ ਬਾਹਰ ਲੱਗ ਰਹੇ ਨੇ। ਸਾਡੀ ਗਲੀ ਵਿੱਚ ਇੱਕ ਮੰਦਿਰ ਵੀ ਹੈ, ਨਾਲ ਹੀ ਅਸੀਂ ਸਾਰੇ ਇੱਥੇ ਰਹਿ ਰਹੇ ਹਾਂ, ਘਰ ਨੇ ਬਹੁਤ ਸਾਰੇ ਗਲੀ 'ਚ। ਪ੍ਰੋਬਲਮ ਇਹ ਆ ਰਹੀ ਹੈ ਕਿ ਡੇਂਗੂ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ, ਮੱਛਰ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਆ ਕੂੜੇ ਦੇ ਢੇਰ ਦੇ ਉੱਤੇ, ਜਿਹਦੇ ਕਰਕੇ ਬਿਮਾਰੀ ਲੱਗਣ ਦਾ ਬਹੁਤ ਜ਼ਿਆਦਾ ਚਾਂਸਿਸ ਜਿਹੜੇ ਹੈਗੇ ਨੇ ਉਹ ਵੱਧ ਗਏ ਨੇ। ਅਤੇ ਮੇਰਾ ਪ੍ਰਸ਼ਾਸਨ ਨੂੰ ਇਹੀ ਅਨੁਰੋਧ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਸੋਰਟ ਆਊਟ ਕੀਤਾ ਜਾਏ, ਸੋਲਵ ਕੀਤਾ ਜਾਏ, ਕਿਉਂਕਿ ਗਲੀ ਦੇ ਵਿੱਚ ਫੈਮਿਲੀਜ਼ ਰਹਿ ਰਹੀਆਂ ਨੇ, ਬੱਚੇ ਰਹਿ ਰਹੇ ਨੇ, ਬਜ਼ੁਰਗ ਰਹਿ ਰਹੇ ਨੇ, ਅਤੇ ਜਿਸ ਤਰ੍ਹਾਂ ਨਾਲ ਇਮਿਊਨਿਟੀ ਅੱਜ ਕੱਲ੍ਹ ਲੋਕਾਂ ਦੀ ਘੱਟ ਹੈ, ਉਹਦੇ 'ਚ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਕਿ ਜਿਸ ਤਰ੍ਹਾਂ ਨਾਲ ਡੇਂਗੂ ਦੇ ਕੇਸ ਵੱਧ ਰਹੇ ਨੇ, ਮਹਾਂਮਾਰੀਆਂ ਬਣ ਸਕਦੀਆਂ ਨੇ, ਬਿਮਾਰੀਆਂ ਇਸ ਤੋਂ ਬਹੁਤ ਸਾਰੀਆਂ ਫੈਲ ਸਕਦੀਆਂ ਨੇ। ਅਤੇ ਇਸ ਤਰ੍ਹਾਂ ਨਾਲ ਅਸੀਂ ਆਪਣੀ ਇੱਕ ਬੜੀ ਵਧੀਆ ਫੈਮਿਲੀਜ਼ ਦੇ ਲੋਕਾਂ ਨੂੰ ਗਵਾ ਲਵਾਂਗੇ ਬਿਮਾਰੀ ਦੇ ਹੱਥੋਂ, ਮੈਡੀਕਲੀ ਬੜੀ ਪ੍ਰੋਬਲਮਸ ਆ ਜਾਣਗੀਆਂ। ਤਾਂ ਪ੍ਰਸ਼ਾਸਨ ਨੂੰ ਇਹ ਬੜੀ ਜਲਦੀ ਕਦਮ ਲੈਣੇ ਚਾਹੀਦੇ ਨੇ ਕਿ ਕਿਸ ਤਰ੍ਹਾਂ ਨਾਲ ਸਫਾਈ ਦਾ ਜਿਹੜਾ ਹੈਗਾ ਉਹ ਧਿਆਨ ਰੱਖਿਆ ਜਾਏ, ਕਿਉਂਕਿ ਇੱਕ ਬਹੁਤ ਜ਼ਿਆਦਾ ਹੱਦ ਤੱਕ ਅਸੀਂ ਆਪਣਾ ਕੂੜਾ ਜਿਹੜਾ ਹੈਗਾ ਉਹ ਘਰਾਂ 'ਚ ਸੰਜੋ ਕੇ ਵੀ ਨਹੀਂ ਰੱਖ ਸਕਦੇ ਹੈਗੇ। ਸਾਨੂੰ ਵੀ ਉਹਦਾ ਜਿਹੜਾ ਹੈਗਾ ਰਸਤਾ ਸਮਾਧਾਨ ਚਾਹੀਦਾ ਹੈ ਕਿ ਕਿੱਥੇ ਉਹਨੂੰ ਡੰਪ ਕੀਤਾ ਜਾਏ। ਸੋ ਗਲੀਆਂ ਦੇ ਬਾਹਰ ਇਸ ਤਰ੍ਹਾਂ ਕੂੜੇ ਦੇ ਢੇਰ ਲਗਾਉਣਾ ਇਹ ਸਾਡੇ ਲਈ ਕੋਈ ਸਲਿਊਸ਼ਨ ਨਹੀਂ ਹੈਗਾ। ਸੋ ਸਾਡਾ ਇਹੀ ਅਨੁਰੋਧ ਹੈ ਕਿ ਇਹ ਚੀਜ਼ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਏ, ਕਿਉਂਕਿ ਇਸ ਤਰ੍ਹਾਂ ਸਿਰਫ ਸਾਡੀ ਗਲੀ ਨੂੰ ਨਹੀਂ, ਸਾਡੇ ਮੁਹੱਲੇ ਨੂੰ ਵੀ, ਪੂਰੇ ਸ਼ਹਿਰ ਨੂੰ ਵੀ ਪ੍ਰੋਬਲਮ ਆ ਰਹੀ ਹੈ। ਸੋ ਜਲਦੀ ਤੋਂ ਜਲਦੀ ਇਹਦਾ ਜਿਹੜਾ ਹੈਗਾ ਸਮਾਧਾਨ ਕੀਤਾ ਜਾਏ। ਸ਼ੁਕਰੀਆ। ਜ਼ਿੰਮੇਵਾਰ ਤਾਂ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਵਾ, ਜ਼ਿੰਮੇਵਾਰ ਤਾਂ ਉਹੀ ਆ। ਬੋਲਣ ਦੀ ਗੱਲ ਆ, ਬੋਲਣ ਨੂੰ ਰਿਹਾ ਹੀ ਕੁਛ ਨਹੀਂ ਆ। ਦੇਖੋ ਤੁਹਾਡੇ ਸਾਹਮਣੇ ਕੂੜੇ ਦਾ ਹਾਲ, ਤੇ ਕੂੜਾ ਤਾਂ ਸਾਰੇ ਸ਼ਹਿਰ 'ਚ ਲੱਗਾ ਵਾ, ਪਰ ਇਹਦੇ 10 ਮੀਟਰ ਤੇ ਜਾਈਏ ਤਾਂ ਇੱਥੇ ਮੰਦਿਰ ਵੀ ਹੈਗਾ ਵਾ। ਮੰਦਿਰ ਲੈ ਲਓ, ਕੋਈ ਵੀ ਧਾਰਮਿਕ ਸਥਾਨ ਲੈ ਲਓ, ਸ਼ਹਿਰ ਦੇ ਸਾਰਿਆਂ ਦੇ ਅੱਗੇ ਕੂੜਾ ਜਿਹੜਾ ਲੱਗੇ ਦਾ ਵਾ। ਤੇ ਮੇਰੀ ਪ੍ਰਸ਼ਾਸਨ ਅੱਗੇ, ਸਰਕਾਰ ਅੱਗੇ, ਜਿਹੜਾ ਵੀ ਮੌਕੇ ਦੇ ਇਸ ਟਾਈਮ ਤੇ ਸਰਕਾਰ ਦੇ ਵਿੱਚ ਸ਼ਾਮਲ ਆ, ਕਮੇਟੀ ਆ, ਉਹਨੂੰ ਬੇਨਤੀ ਹੈ ਕਿ ਕਮ ਸੇ ਕਮ ਧਾਰਮਿਕ ਸਥਾਨਾਂ ਅੱਗੋਂ ਤੇ ਕੂੜਾ ਚੁੱਕਿਆ ਜਾਏ, ਕਿ ਜੇ ਕਿਤੇ ਕਿਸੇ ਨੂੰ ਕਿਤੋਂ ਕੋਈ ਉਮੀਦ ਨਹੀਂ ਹੁੰਦੀ ਤੇ ਉਮੀਦ ਰੱਬ ਕੋਲ ਹੁੰਦੀ ਆ, ਤੇ ਰੱਬ ਦੇ ਘਰ ਤੇ ਖਾਲੀ ਕਿਤੇ ਜਾਣ। ਬਾਕੀ ਕਸੂਰ ਤੇ ਤੁਹਾਡੇ ਸਾਹਮਣੇ ਸਰਕਾਰਾਂ ਦਾ ਹੀ ਆ ਕਿ ਇੰਨਾ ਕੂੜਾ ਦੇਖੋ ਲੱਗ ਗਿਆ ਵਾ, ਘਰਾਂ ਦੇ ਬਾਹਰ ਤੱਕ ਆ ਗਿਆ, ਹਰ ਜਗ੍ਹਾ ਕੂੜਾ ਹੀ ਕੂੜਾ ਆ ਗਿਆ। ਮੌਸਮ ਵੀ ਵੇਖੋ, ਬਰਸਾਤ ਦਾ, ਮੱਛਰ ਦਾ ਡਰ, ਡੇਂਗੂ ਦਾ ਡਰ, ਹਰ ਚੀਜ਼ ਬਿਮਾਰੀਆਂ ਦੇਖੋ, ਹਰ ਪਾਸੋਂ ਜਿਹੜੀਆਂ ਬਿਮਾਰੀਆਂ ਫੈਲਣ ਦਾ ਡਰ ਆ। ਮੇਰੀ ਤਾਂ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਕਿ ਘੱਟੋ ਘੱਟ ਕੂੜੇ ਦਾ ਜਿਹੜਾ ਜਿੰਨੀ ਛੇਤੀ ਹੁੰਦਾ ਸਮਾਧਾਨ ਕੀਤਾ ਜਾਏ। ਰਾਜਨੀਤੀ ਦੇਖੋ, ਰਾਜਨੀਤੀ ਸਾਰੀ ਉਮਰ ਹੋਣੀ ਆ ਤੇ ਹਰ ਬੰਦੇ ਨੇ ਕਰਨੀ ਹੈ, ਤੇ ਕਰਨੀ ਵੀ ਚਾਹੀਦੀ ਜਦੋਂ ਜਿਹੜਾ ਬੰਦਾ ਰਾਜਨੀਤਿਕ ਹੁੰਦਾ ਰਾਜਨੀਤੀ ਕਰਦਾ। ਪਰ ਰਾਜਨੀਤੀ ਜਿਹੜੀ ਆ ਉਹ ਤੁਹਾਨੂੰ ਹੋਰ ਵੀ ਮੌਕੇ ਬਥੇਰੇ ਮਿਲ ਜਾਣੇ ਰਾਜਨੀਤੀ ਕਰਨ ਨੂੰ। ਜੇ ਬੰਦੇ ਜਿੰਦੇ ਰਹਿਣਗੇ, ਲੋਕੀ ਰਹਿਣਗੇ, ਸਹੀ ਸਲਾਮਤ ਰਹਿਣਗੇ, ਤੇ ਤੁਸੀਂ ਰਾਜਨੀਤੀ ਕਰ ਲੋਗੇ, ਵੋਟਾਂ ਤੁਸੀਂ ਲੈ ਲੋਗੇ। ਜੇ ਲੋਕੀ ਠੀਕ ਨਹੀਂ ਰਹੇ ਤੇ ਰਾਜਨੀਤੀ ਕਰਨੀ ਕਿਹਦੇ ਸਿਰ ਤੇ ਆ, ਤੇ ਕਰਨੀ ਕਿਹਦੇ ਨਾਲ ਆ। ਤੇ ਮੇਰੀ ਤੇ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਇਹ ਜਿਹੜਾ ਸਫਾਈ ਦੇ ਮੁੱਦੇ ਨੂੰ ਕਮ ਸੇ ਕਮ ਇਹਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਏ, ਤੇ ਇਹਦਾ ਕਮ ਸੇ ਕਮ ਸਫਾਈ ਦਾ ਜਿਹੜਾ ਸਮਾਧਾਨ ਆ ਛੇਤੀ ਤੋਂ ਛੇਤੀ ਕੀਤਾ ਜਾਏ। ਬਾਕੀ ਹੋਰ ਵੀ ਜਿਹੜਾ ਸਮਾਨ ਆ, ਹਰ ਚੀਜ਼ ਆਣੀ ਆ ਰਾਜਨੀਤੀ ਕਰਨ ਨੂੰ, ਤੇ ਜਿਹੜੀ ਵੀ ਰਾਜਨੀਤੀ ਜਿੰਨੇ ਵੀ ਕਰਨੀ ਹੈ ਜਦੋਂ ਵੀ ਕਰਨੀ ਆਉਣ ਵਾਲੇ ਸਮੇਂ 'ਚ ਕਰੇ, ਘੱਟੋ ਘੱਟ ਇਹਦਾ ਹੱਲ ਜਿਹੜਾ ਪਹਿਲੇ ਹੀ ਕੀਤਾ ਜਾਏ। ਧੰਨਵਾਦ। ਇਹ ਗਿਦਾਬਾਂ ਰੋਡ ਆ ਜੀ, ਰਾਮ ਗਲੀ ਆ, ਨਾਲ ਹੀ 10 ਮੀਟਰ ਤੇ ਮੰਦਿਰ ਆ। ਮੰਦਿਰ ਪੰਡਿਤ ਜੀ ਆ ਤੇ ਹੈ ਨੀ, ਇਹਨੇ ਤੇ ਉਹ ਪੰਡਿਤ ਜੀ ਨੇ ਵਿਸਤਾਰ 'ਚ ਤੁਹਾਨੂੰ ਦੱਸਣਾ ਕਿ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਈਵਨ ਤੁਸੀਂ ਮੰਦਿਰ ਦੇ ਅੰਦਰ ਚਲੇ ਜਾਓ, ਉਹਦੇ ਵਿੱਚ ਵੀ ਪੂਰੀ ਗੰਦਗੀ ਜਿਹੜੀ ਤੁਹਾਨੂੰ ਸਮੈਲ ਤੁਹਾਨੂੰ ਆਉਗੀ ਕਿ ਇਹ ਕੂੜਾ ਜਿਹੜਾ ਇਸ ਟਾਈਮ ਤੇ ਗੰਦਾ ਕੂੜਾ ਬਰਸਾਤਾਂ 'ਚ ਸੁੱਕ ਗਿਆ, ਸਮੈਲ ਜ਼ਿਆਦਾ ਹੁੰਦੀ ਆ। ਤੇ ਮੇਰੀ ਫਿਰ ਇੱਕ ਵਾਰ ਤੋਂ ਬੇਨਤੀ ਆ ਕਿ ਘੱਟੋ